ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਕਰਨਾਲ। ਦੋਸਤੋ, ਬੜੀ ਦੁੱਖ ਭਰੀ ਖਬਰ ਆ ਰਹੀ ਹੈ ਕਿ ਇੱਕ ਵਿਦਿਆਰਥੀ ਜੋ ਕਿ ਸੱਟੇ ਦੇ ਪੈਸੇ ਨਾ ਦੇਣ ਕਰਕੇ ਕੁਛ ਲੋਕਾਂ ਨੇ ਉਸ ਨੂੰ ਬੰਦੀ ਬਣਾ ਲਿਆ। ਇਹ ਕਰਨਾਲ ਤੋਂ ਖਬਰ ਹੈ ਔਰ ਬੜੀ ਦੁੱਖ ਭਰੀ ਖਬਰ ਹੈ ਕਿ ਸੱਟਾ ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ, ਲੇਕਿਨ ਵਿਦਿਆਰਥੀ ਨੇ ਜਦੋਂ ਇਹ ਗਲਤੀ ਕੀਤੀ ਤਾਂ ਉਸ ਤੋਂ ਬਾਅਦ ਉਸ ਨੂੰ ਬੰਦੀ ਬਣਾ ਲਿਆ। ਕੀ ਹੈ ਪੂਰੀ ਖਬਰ, ਚੱਲਦੇ ਹਾਂ ਜੀ ਰਾਕੇਸ਼ ਕੁਮਾਰ ਜੀ ਦੇ ਕੋਲ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਰਾਕੇਸ਼ ਜੀ, ਕਿਆ ਹੈ ਪੂਰਾ ਮਾਮਲਾ? ਜੀ ਸੋਦਾ ਜੀ, ਬਤਾਨਾ ਚਾਹੂੰਗਾ ਕਿ ਇਹ ਸੱਟਾ ਕ੍ਰਿਕਟ ਮੈਚ ਕਾ ਲਗਾਨੇ ਵਾਲੇ ਜੋ ਗੈਂਗ ਹੈ ਅੱਜ ਕੱਲ੍ਹ ਬਹੁਤ ਸਕਰੀ ਹੈ, ਜਿਸਮੇ ਯੇ ਹਾਲ ਹੀ ਮੇ ਕੱਲ ਇੱਕ ਐਸਾ ਹੀ ਕ੍ਰਿਕਟ ਮੈਚ ਸੱਟਾ ਲਗਾਨੇ ਵਾਲੋ ਨੇ ਇੱਕ ਜੋ ਹੈ ਨਾਬਾਲਿਗ ਬੱਚਾ ਜੋ ਮਤਲਬ ਹੈ ਕਮਰਸ ਕਾ ਸਟੂਡੈਂਟ ਹੈ ਔਰ ਕਰਨਾਲ ਕਾ ਹੀ ਰਹਿਣੇ ਵਾਲਾ ਹੈ ਔਰ ਕਹੀਂ ਸੇ ਉਨਕੇ ਝਾਂਸੇ ਮੇ ਆ ਗਿਆ ਔਰ ਕਹੀਂ ਵੋ ਪਹਿਲੇ ਸੱਟੇ ਲਗਾਨੇ ਮੇ 6,000 ਰੁਪਏ ਕਹੀਂ ਜੀਤਾ ਵੀ ਹੋਗਾ ਔਰ ਲਾਲਚ ਮੇ ਕੇ ਆਨੇ ਕੇ ਚਲਤੇ ਉਹ 32,000 ਰੁਪਏ ਵਹਾਂ ਹਾਰ ਵੀ ਗਿਆ ਔਰ ਉਸਕੇ ਪਾਸ ਇਤਨੇ ਪੈਸੇ ਨਹੀਂ ਥੇ ਕਿਉਂਕਿ ਉਹ ਬੱਚਾ ਵੀ ਥਾ ਕੁਛ ਨਾ ਸਮਝਤਾ ਤੋ ਸੱਟੇ ਵਾਲੇ ਜੋ ਗੈਂਗ ਥੇ ਉਹਨੇ ਜਬ ਦੇਖਾ ਕਿ ਪੈਸੇ ਨਹੀਂ ਮਿਲਣੇ ਤੋ ਉਹਨੇ ਉਸਕੋ ਬੰਧਕ ਬਣਾ ਲਿਆ ਔਰ ਉਨਕੇ ਘਰ ਵਾਲੇ ਥੇ ਜੋ ਉਨਕੇ ਪਰਿਜਨ ਥੇ ਉਨਕੋ ਫੋਨ ਕੀਆ ਕਿ ਭਾਈ ਆਪਕਾ ਜੋ ਬੱਚਾ ਹੈ ਹਮਾਰੇ ਪਾਸ ਹੈ ਪਹਿਲੇ ਹਮਾਰੇ ਪੈਸੇ ਯਹਾਂ ਪਰ ਦੇ ਕੇ ਜਾਓ ਤੋ ਨਹੀਂ ਤੋ ਫਿਰ ਉਸਕੋ ਬੱਚੇ ਕੇ ਸਾਥ ਮਤਲਬ ਉਨਕੋ ਛੋੜੇਂਗੇ ਨਹੀਂ ਤੋ ਯੇ ਸਾਰੀ ਮਾਮਲਾ ਜੋ ਹੈ ਵੋ ਉਨਕੇ ਜਬ ਪਰਿਜਨ ਥੇ ਉਨਕੋ ਉਨ੍ਹੋਂਨੇ ਪੁਲਿਸ ਕੇ ਬਤਾਇਆ ਕਿ ਯੇ ਜੋ ਹੈ ਸੱਟੇ ਵਾਲੇ ਸਕਰੀ ਹੈ ਔਰ ਜੋ ਆਰੋਪੀਆਂ ਕੋ ਗ੍ਰਿਫਤਾਰ ਕਰ ਲਿਆ ਦੋ ਇਸਮੇ ਫਰਾਰ ਹੈ ਜੀ। ਜੀ ਸੋ ਬਹੁਤ ਬਹੁਤ ਮਿਹਰਬਾਨੀ ਦੋਸਤੋ, ਮੈਂ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਕਰਨਾਲ ਤੋਂ ਬੜੀ ਅਹਿਮ ਖਬਰ ਹੈ। ਸੱਟਾ ਜਿਸ ਦਾ ਚਾਰੇ ਪਾਸੇ ਵਿਰੋਧ ਹੁੰਦਾ ਹੈ, ਲੇਕਿਨ ਕੁਛ ਲੋਕ ਚੋਰੀ ਛਿਪੇ ਫਿਰ ਵੀ ਇਸ ਸੱਟੇ ਦੇ ਨਾਲ ਜੁੜੇ ਨੇ ਔਰ ਉਸ ਸੱਟੇ ਦਾ ਨਤੀਜਾ ਇਹ ਨਿਕਲਿਆ ਕਿ 32,000 ਰੁਪਏ ਹਾਰਨ ਤੋਂ ਬਾਅਦ ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨਾਬਾਲਗ ਲੜਕੇ ਨੂੰ ਬੰਦੀ ਬਣਾ ਲਿਆ। ਉਸਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ, ਪੁਲਿਸ ਆਫਿਸਰ ਦਾ ਕੀ ਕਹਿਣਾ ਹੈ, ਸੁਣੋ ਤੁਸੀਂ। ਹਮੇ ਪਰਸੋਂ ਇੱਕ ਪੇਰੈਂਟਸ ਨੇ ਸੂਚਨਾ ਦੀ ਥੀ ਕਿ ਹਮਾਰਾ ਬੱਚਾ ਜੋ ਹੈ ਕਾਫੀ ਟਾਈਮ ਸੇ ਮੇਲਾ ਰਾਮ ਸਕੂਲ ਕੇ ਪਾਸ ਇੱਕ ਬਾਲ ਗੈਲਰੀ ਕੇ ਨਾਮ ਸੇ ਦਫ਼ਤਰ ਹੈ ਔਰ ਉਸਮੇ ਬੱਚੇ ਕੋ ਕਨਫਾਈਨ ਕੀਆ ਹੁਆ ਹੈ ਔਰ ਵੋ ਲੋਗ ਹਮੇ ਬਾਰ ਬਾਰ ਫੋਨ ਕਰ ਰਹੇ ਹੈ, ਕਰੀਬ 8-9 ਫੋਨ ਵੋ ਕਰ ਚੁਕੇ ਹੈ ਕਿ 32,000 ਰੁਪਏ ਦੇ ਕੇ ਆਪਣੇ ਬੱਚੇ ਕੋ ਲਿਜਾਓ। ਇਹਨਾਂ ਨੇ ਬਤਾਇਆ ਕਿ 32,000 ਰੁਪਏ ਬੱਚੇ ਕ੍ਰਿਕਟ ਕੇ ਸੱਟੇ ਮੇ ਹਾਰਾ ਥਾ। ਜਬ ਬੱਚੋਂ ਕੋ ਇਹਨਾਂ ਨੇ ਪੇਰੈਂਟਸ ਨੇ ਪੁੱਛਾ ਔਰ ਹਮਨੇ ਵੀ ਪੇਰੈਂਟਸ ਕੇ ਸਾਹਮਣੇ ਪੁੱਛਾ ਤੋ ਬੱਚੇ ਨੇ ਬਤਾਇਆ ਕਿ ਕਰੀਬ 2 ਮਹੀਨੇ ਪਹਿਲੇ ਇੱਕ ਸਨੋਜ ਨਾਮ ਕਾ ਆਦਮੀ ਇਨਕਾ ਮਾਲ ਕੇ ਸਾਹਮਣੇ ਮਿਲਾ ਥਾ ਔਰ ਉਸਨੇ ਬਤਾਇਆ ਥਾ ਕਿ ਅੱਜ ਕੱਲ੍ਹ ਯੇ ਜੋ ਕ੍ਰਿਕਟ ਮੈਚ ਚੱਲ ਰਹੇ ਹੈ ਇਨ ਪੇ ਸੱਟਾ ਲਗਾਇਆ ਜਾਤਾ ਹੈ ਔਰ ਅਗਰ ਤੁਮ ਇਸ ਸੱਟੇ ਇਨ ਪੇ ਸੱਟਾ ਲਗਾਓਗੇ ਤੋ ਕਰੋੜੋਂ ਰੁਪਏ ਜੀਤ ਸਕਤੇ ਹੋ। ਬੱਚੋਂ ਨੇ ਪਹਿਲੇ ਮਨਾ ਕੀਆ ਕਿ ਹਮਾਰੇ ਪਾਸ ਕੈਸ਼ ਨਹੀਂ ਹੈ ਤੋ ਇਨ ਲੋਗੋਂ ਨੇ ਇਨਕੋ ਗੁਮਰਾਹ ਕੀਆ ਕਿ ਤੁਮੇ ਕੈਸ਼ ਕੀ ਜ਼ਰੂਰਤ ਹੀ ਨਹੀਂ ਹੈ, ਇਸਮੇ ਤੋ ਸਿਰਫ ਫੋਨ ਕੇ ਜ਼ਰੀਏ ਸੱਟਾ ਖੇਲਾ ਜਾਏਗਾ ਔਰ ਜੀਤ ਜਾਂ ਹਾਰ ਹੋਏਗੀ ਤੋ ਬਾਅਦ ਮੇ ਪੇਮੈਂਟ ਹੋਤੀ ਹੈ। ਪਹਿਲੇ ਦਿਨ ਬੱਚੋਂ ਨੇ ਬਤਾਇਆ ਕਿ 6,000 ਰੁਪਏ ਇਹਨਾਂ ਨੇ ਕਿਹਾ ਕਿ ਤੁਮ 6,000 ਰੁਪਏ ਜੀਤ ਗਏ ਹੋ। ਜਬ ਉਹਨਾਂ ਨੇ 6,000 ਮੰਗੇ ਕਿ ਜਿੱਤੇ ਹੋਏ ਪੈਸੇ ਦੋ ਤਾਂ ਉਹਨਾਂ ਨੇ ਕਿਹਾ ਕਿ ਉੱਪਰ ਸੇ ਆਉਣੇ ਮੇਂ 2-4 ਦਿਨ ਕਾ ਸਮਾਂ ਲੱਗਤਾ, ਉਸਕੇ ਬਾਅਦ ਤੁਮੇ ਪੇਮੈਂਟ ਕਰ ਦੀ ਜਾਏਗੀ। ਅਗਲੇ ਹਫ਼ਤੇ ਫਿਰ ਕੋਈ ਮੈਚ ਥਾ ਆਸਟ੍ਰੇਲੀਆ ਕਾ ਤੋ ਉਹਨਾਂ ਨੇ ਬੱਚੋਂ ਕੋ ਫਿਰ ਗੁੰਮਰਾਹ ਕੀਆ ਕਿ ਅੱਜ ਆਸਟ੍ਰੇਲੀਆ ਕੇ ਮੈਚ ਮੇਂ ਤੁਮ ਜ਼ਿਆਦਾ ਜਿੱਤ ਸਕਤੇ ਹੋ, ਇਸ ਲਈ ਅੱਜ ਇਹ ਮੈਚ ਖੇਲੋ ਔਰ ਉਸ ਦਿਨ ਬੱਚੇ ਬਤਾ ਰਹੇ ਹੈ ਕਿ ਇਹਨਾਂ ਨੇ ਬਤਾਇਆ ਕਿ ਤੁਮ 32,000 ਰੁਪਏ ਹਾਰ ਚੁੱਕੇ ਹੋ। 32,000 ਰੁਪਏ ਕੇ ਲੀਏ ਬਾਰ ਬਾਰ ਇਸ ਪੇ ਦਬਾਅ ਬਣਾ ਰਹੇ ਥੇ, ਬੱਚੋਂ ਕੋ ਇੱਕ ਦਿਨ ਉਠਾਇਆ ਇਹਨਾਂ ਨੇ, ਉਸ ਦਿਨ ਕਾਫੀ ਦੇਰ ਰੱਖਾ ਤੋ ਬੱਚੋਂ ਸੇ ਜੋ ਉਨਕਾ ਆਈਫੋਨ ਥਾ ਵੋ ਇਹਨਾਂ ਨੇ ਲੈ ਲਿਆ ਥਾ। ਉਸਕੇ ਕਈ ਦਿਨ ਬਾਅਦ ਫਿਰ ਬੱਚੋਂ ਕੋ ਡਰਾਇਆ ਧਮਕਾਇਆ, ਇੱਕ ਚੈੱਕ ਥਾ ਜੋ ਵੋ ਲੈ ਲਿਆ ਬੱਚੇ ਸੇ ਔਰ ਪਰਸੋਂ ਤੋ ਇਹਨਾਂ ਨੇ 5-6 ਘੰਟੇ ਇਸਕੋ ਬੱਚੇ ਕੋ ਆਪਣੇ ਆਫਿਸ ਮੇਂ ਬੰਧਕ ਬਣਾਏ ਰੱਖਾ। ਜਬ ਪੇਰੈਂਟਸ ਹਮਾਰੇ ਪਾਸ ਆਏ ਤੋ ਅਪਲੀਕੇਸ਼ਨ ਦੀ ਹਮਨੇ ਮੁਕੱਦਮਾ ਦਰਜ ਕਰਕੇ ਪੇਰੈਂਟਸ ਕੇ ਸਾਥ ਜਾ ਕੇ ਬੱਚੇ ਕੋ ਰੈਸਕਿਊ ਕੀਆ, ਮਾਂ ਬਾਪ ਕੇ ਹਵਾਲੇ ਕੀਆ ਔਰ ਤਬ ਇਹ ਸਾਰੀ ਸਟੋਰੀ ਹਮੇਂ ਪਤਾ ਲੱਗੀ। ਕੌਣ ਲੋਕ ਥੇ ਸਰ ਇਹ ਕਾਮ? ਇਸਮੇ ਇੱਕ ਤੋ ਸਨੋਜ ਨਾਮ ਕਾ ਵਿਅਕਤੀ ਹੈ ਜੋ ਬੱਚੋਂ ਕੋ ਗੁੰਮਰਾਹ ਕਰਕੇ ਲੈ ਕੇ ਗਿਆ ਥਾ ਔਰ ਜਿਨਕੇ ਪਾਸ ਲੈ ਕੇ ਗਿਆ ਥਾ। ਬਾਲ ਗੈਲਰੀ ਕੇ ਨਾਮ ਸੇ ਮੇਲਾ ਰਾਮ ਸਕੂਲ ਕੀ ਦੁਕਾਨੋਂ ਮੇਂ ਇੱਕ ਆਫਿਸ ਬਣਾਇਆ ਹੋਇਆ ਇਹਨਾਂ ਨੇ, ਇੱਕ ਅਮਿਤ ਪੁਨੀਆ ਹੈ ਔਰ ਇੱਕ ਮਾਨੂ ਹੈ। ਤੋ ਇਨ ਲੋਕੋ ਨੇ ਇਨਕੋ ਬੱਚੋਂ ਕੋ ਜੈਸੇ ਸੱਟਾ ਖਿਲਵਾਇਆ ਔਰ ਯਹੀ ਪੈਸੇ ਕੀ ਡਿਮਾਂਡ ਕਰ ਰਹੇ ਥੇ ਬਾਰ ਬਾਰ। ਸਰ ਨਿਵਾਸੀ ਕਹਾਂ ਕੇ ਦੇਖੋ? ਇਹ ਜੋ ਹੈ ਦੋ ਗਕਸੀਨਾ ਗਾਓ ਕੇ, ਇੱਕ ਯਹੀ ਕਰਨਾਲ ਸੇ। ਆਗੇ ਕਿਆ ਕਰਵਾਏਗੀ? ਇਸਮੇ ਇਨਕੋ ਅਰੈਸਟ ਕਰ ਲਿਆ ਗਿਆ ਥਾ ਮੌਕੇ ਸੇ ਦੋ ਬੰਦੋਂ ਕੋ ਤੋ ਔਰ ਪੁਲਿਸ ਰਿਮਾਂਡ ਪੇ ਹੈ ਹਮਾਰੇ ਪਾਸ
और इनसे पता कर रहे हैं, एक तो वो मोबाइल जो था वो हमने बरामद किया है, चेक भी बरामद किया है, और बाकी लोगों का हम पता कर रहे हैं कि इस सारे जो रैकेट है इसमें कौन कौन लोग इन्वॉल्व हैं, तो जल्दी सारे लोगों का पता लग करके फिर सबके नामों का खुलासा करती है। सर ये स्टूडेंट भी है क्या कुछ? ये स्टूडेंट ही है, बच्चा प्लस वन का है और एग्ज़ाम चल रहे हैं आजकल इसके, पेरेंट्स इसीलिए ज़्यादा वरी हो रहे थे कि कल परसों इसका एग्ज़ाम है और चार घंटे से बच्चे को बंधक बनाएगा। ऐसी हुण तक दी अपडेट, बाकी अपडेट जिवें आउणगीआं असीं लैके रूबरू हुंदे रहांगे। तुसीं जुड़े रहो एवन पंजाबी टीवी दे नाल।